ਸਤਿ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਕਨਾਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ 'ਚ ਬੰਦ ਲੋਰੈਂਸ ਬਿਸ਼ਨੋਈ ਕਿਸ ਤਰ੍ਹਾਂ ਸ਼ਹਿਰ ਵਿੱਚ ਗੁੰਡਾਗਰਦੀ ਫੈਲਾ ਰਹੇ ਹੈ ਅਤੇ ਲੋਕਾਂ 'ਚ ਆਪਣਾ ਆਤੰਕ ਬਰਕਰਾਰ ਰੱਖ ਰਹੇ ਹੈ, ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਇਹ ਰਾਤ ਨੂੰ ਅਲਖ ਸਿੱਖਿਆ ਦਾ ਜਗੇ, ਹਰ ਬੱਚਾ ਸਕੂਲ ਚੱਲੇ, ਹੋਵੇ ਸਵੇਰਾ ਮਿਟੇ ਹਨੇਰਾ, ਇੱਕ ਨਵਾਂ ਅਭਿਆਨ ਹੈ। ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ। ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ। ਬਿਹਤਰ ਅਨੁਭਵ, ਵਿਦਿਆ ਮਿਆਰੀ, ਮਾਨ ਪੰਜਾਬ ਦਾ ਸਕੂਲ ਸਰਕਾਰੀ। ਤਿੰਨ ਜਣੇ ਮੋਟਰਸਾਈਕਲ ਤੇ ਸਵਾਰ ਸਨ ਤੇ ਆਪਣਾ ਹਾਊਸਿੰਗ ਬੋਰਡ ਜਿਹੜਾ ਹੈ ਆਪਣਾ ਡੱਡੂ ਮਾਜਰੇ ਦਾ, ਉੱਥੇ ਇਹਨਾਂ ਨੇ ਰਿੰਕੂ ਨਾਮ ਦੇ ਇੱਕ ਸ਼ਖਸ ਨੂੰ ਘੇਰ ਲਿਆ। ਘੇਰਨ ਤੋਂ ਬਾਅਦ ਇੱਕ ਸ਼ਖਸ ਨੇ ਉਹਦੇ ਸਿਰ 'ਤੇ ਪਿਸਟਲ ਤਾਨ ਦਿੱਤੀ। ਪਿਸਟਲ ਤਾਨਣ ਤੋਂ ਬਾਅਦ ਟਰਿੱਗਰ ਵੀ ਦਵਾਤਾ, ਲੇਕਿਨ ਰਿੰਕੂ ਨੇ ਹੱਥ ਮਾਰ ਦਿੱਤਾ, ਜਿਸ ਕਰਕੇ ਉੱਥੋਂ ਤਾਂ ਬਚ ਨਿਕਲਿਆ। ਅਤੇ ਉਸ ਤੋਂ ਬਾਅਦ ਇਹ ਹਮਲਾਵਰ ਜਿਹੜੇ ਹੈ ਕਿ ਉਹਦੇ ਘਰ ਦੇ ਬਾਹਰ ਚਲੇ ਜਾਂਦੇ ਆ। ਰਿੰਕੂ ਗਲੀਆਂ 'ਚੋਂ ਆਪਣੇ ਘਰ ਦੇ ਅੰਦਰ ਜਾਂਦਾ ਹੈ, ਲੇਕਿਨ ਇਹਨਾਂ ਨੂੰ ਦੇਖ ਕੇ ਉਹ ਉੱਥੋਂ ਦੀ ਨਿਕਲ ਜਾਂਦਾ ਹੈ, ਜਿਸ ਕਾਰਨ ਇਹ ਤਿੰਨ ਜਣੇ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਇਹਨਾਂ ਤਿੰਨਾਂ ਵੱਲੋਂ ਉੱਥੇ ਹਵਾਈ ਫਾਇਰ ਕੀਤਾ ਜਾਂਦਾ ਹੈ। ਤੁਹਾਨੂੰ ਸਾਫ਼ ਤੌਰ 'ਤੇ ਵੀਡੀਓ ਵੀ ਅਤੇ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਕਿਸ ਤਰ੍ਹਾਂ ਇਹ ਬਾਅਦ 'ਚੋਂ ਲਾਈਵ ਹੋ ਕੇ ਵੀ ਤਿੰਨੋਂ ਜਣੇ ਆਉਂਦੇ ਹੈ ਅਤੇ ਲਾਈਵ ਹੋ ਕੇ ਸਾਫ਼ ਤੌਰ 'ਤੇ ਕਹਿੰਦੇ ਹੈ ਵੀ ਸਾਡੇ ਵੱਡੇ ਭਾਈ ਜਿਹੜਾ ਅਮਰੀਕਾ ਬੈਠਾ ਹੈ ਅਨਮੋਲ ਬਿਸ਼ਨੋਈ, ਉਹਦਾ ਹੁਕਮ ਸੀ ਤੈਨੂੰ ਮਾਰਨ ਦਾ, ਅਤੇ ਹੁਣ ਤਾਂ ਤੂੰ ਕਿਸੇ ਤਰੀਕਾ ਬਚ ਗਿਆ, ਲੇਕਿਨ ਤੈਨੂੰ ਅਸੀਂ ਮਾਰ ਕੇ ਰਵਾਂਗੇ। ਤੁਹਾਨੂੰ ਲਗਾਤਾਰ ਦੱਸ ਦਿੰਦੇ ਹਾਂ ਜਿਹੜੇ ਗੈਂਗਸਟਰ ਹੈ ਕਿਸ ਤਰ੍ਹਾਂ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਕੀ ਹੈ ਪੈਦਾ ਕਰ ਰਹੇ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਕਨਾਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ 'ਚ ਬੰਦ ਲੋਰੈਂਸ ਬਿਸ਼ਨੋਈ ਕਿਸ ਤਰ੍ਹਾਂ ਸ਼ਹਿਰ ਵਿੱਚ ਗੁੰਡਾਗਰਦੀ ਫੈਲਾ ਰਹੇ ਹੈ ਅਤੇ ਲੋਕਾਂ 'ਚ ਆਪਣਾ ਆਤੰਕ ਬਰਕਰਾਰ ਰੱਖ ਰਹੇ ਹੈ, ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਇਹ ਰਾਤ ਨੂੰ ਤਿੰਨ ਜਣੇ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਆਪਣਾ ਹਾਊਸਿੰਗ ਬੋਰਡ ਜਿਹੜਾ ਹੈ ਆਪਣਾ ਡੱਡੂ ਮਾਜਰੇ ਦਾ, ਉੱਥੇ ਇਹਨਾਂ ਨੇ ਰਿੰਕੂ ਨਾਮ ਦੇ ਇੱਕ ਸ਼ਖਸ ਨੂੰ ਘੇਰ ਲਿਆ। ਘੇਰਨ ਤੋਂ ਬਾਅਦ ਇੱਕ ਸ਼ਖਸ ਨੇ ਉਹਦੇ ਸਿਰ 'ਤੇ ਪਿਸਟਲ ਤਾਨ ਦਿੱਤੀ। ਪਿਸਟਲ ਤਾਨਣ ਤੋਂ ਬਾਅਦ ਟਰਿੱਗਰ ਵੀ ਦਵਾਤਾ, ਲੇਕਿਨ ਰਿੰਕੂ ਨੇ ਹੱਥ ਮਾਰ ਦਿੱਤਾ, ਜਿਸ ਕਰਕੇ ਉੱਥੋਂ ਤਾਂ ਬਚ ਨਿਕਲਿਆ। ਅਤੇ ਉਸ ਤੋਂ ਬਾਅਦ ਇਹ ਹਮਲਾਵਰ ਜਿਹੜੇ ਹੈ ਕਿ ਉਹਦੇ ਘਰ ਦੇ ਬਾਹਰ ਚਲੇ ਜਾਂਦੇ ਆ। ਰਿੰਕੂ ਗਲੀਆਂ 'ਚੋਂ ਆਪਣੇ ਘਰ ਦੇ ਅੰਦਰ ਜਾਂਦਾ ਹੈ, ਲੇਕਿਨ ਇਹਨਾਂ ਨੂੰ ਦੇਖ ਕੇ ਉਹ ਉੱਥੋਂ ਦੀ ਨਿਕਲ ਜਾਂਦਾ ਹੈ, ਜਿਸ ਕਾਰਨ ਇਹ ਤਿੰਨ ਜਣੇ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਇਹਨਾਂ ਤਿੰਨਾਂ ਵੱਲੋਂ ਉੱਥੇ ਹਵਾਈ ਫਾਇਰ ਕੀਤਾ ਜਾਂਦਾ ਹੈ। ਤੁਹਾਨੂੰ ਸਾਫ਼ ਤੌਰ 'ਤੇ ਵੀਡੀਓ ਵੀ ਅਤੇ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਕਿਸ ਤਰ੍ਹਾਂ ਇਹ ਬਾਅਦ 'ਚੋਂ ਲਾਈਵ ਹੋ ਕੇ ਵੀ ਤਿੰਨੋਂ ਜਣੇ ਆਉਂਦੇ ਹੈ ਅਤੇ ਲਾਈਵ ਹੋ ਕੇ ਸਾਫ਼ ਤੌਰ 'ਤੇ ਕਹਿੰਦੇ ਹੈ ਵੀ ਸਾਡੇ ਵੱਡੇ ਭਾਈ ਜਿਹੜਾ ਅਮਰੀਕਾ ਬੈਠਾ ਹੈ ਅਨਮੋਲ ਬਿਸ਼ਨੋਈ, ਉਹਦਾ ਹੁਕਮ ਸੀ ਤੈਨੂੰ ਮਾਰਨ ਦਾ, ਅਤੇ ਹੁਣ ਤਾਂ ਤੂੰ ਕਿਸੇ ਤਰੀਕਾ ਬਚ ਗਿਆ, ਲੇਕਿਨ ਤੈਨੂੰ ਅਸੀਂ ਮਾਰ ਕੇ ਰਵਾਂਗੇ। ਤੁਹਾਨੂੰ ਲਗਾਤਾਰ ਦੱਸ ਦਿੰਦੇ ਹਾਂ ਜਿਹੜੇ ਗੈਂਗਸਟਰ ਹੈ ਕਿਸ ਤਰ੍ਹਾਂ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਕੀ ਹੈ ਪੈਦਾ ਕਰ ਰਹੇ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ।